ਸ਼ਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੈਨੇਡਾ ਦੀ ਜਿੱਥੋਂ ਦੇ ਇੱਕ ਮੰਦਰ ਦੇ ਸਾਹਮਣੇ ਹੋਈਆਂ ਚੜਪਾਣੇ ਮਾਹੌਲ ਨੂੰ ਪਖਾ ਕੇ ਰੱਖ ਦਿੱਤਾ ਹੈ ਬੜਵੰਤ ਸਿੰਘ ਰਾਜੂ ਆਣਾ ਨੂੰ ਸੁਪਰੀਮ ਕੋਰਟ ਨੇ ਕੋਈ ਅੰਤਰਿਮ ਰਾਹਤ ਨਹੀਂ ਦਿੱਤੀ ਹੈ ਪ੍ਰਾਲੀ ਸੜਨ ਦੇ ਕੇਸਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਤੇ ਸਖਤੀ ਕਰ ਦਿੱਤੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਤੇ ਸਖਤੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹਾਂ ਦੇ ਵਿੱਚ ਸੁਟਣ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਉਪ ਚੋਣਾਂ ਦੀ ਤਰੀਕ ਚੋਣ ਕਮਿਸ਼ਨ ਦੇ ਵੱਲੋਂ ਬਦਲ ਦਿੱਤੀ ਗਈ ਹੈ ਰਵਨੀਤ ਬਿੱਟੂ ਨੇ ਆਪਣੇ ਆਪ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਦਿੱਤਾ ਹੈ ਇੱਕ ਵਾਰ ਫਿਰ ਤੋਂ ਇੱਕ ਹੋਰ ਨੌਜਵਾਨ ਨਸ਼ੇ ਦੇ ਕਰਕੇ ਮੌਤ ਦੇ ਮੂੰਹ ਦੇ ਵਿੱਚ ਚਲਿਆ ਗਿਆ ਹੈ ਨਵੰਬਰ ਮਹੀਨੇ ਦੇ ਵਿੱਚ ਪੈਂਦੀ ਗਰਮੀ ਨੇ ਪਿਛਲੇ 54 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਕੈਨੇਡਾ ਤੋਂ ਕਰਦੇ ਹਾਂ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਪਹਿਲਾਂ ਹੀ ਚੰਗੇ ਨਹੀਂ ਚੱਲ ਰਹੇ ਆ ਤੇ ਇੱਕ ਹੋਰ ਅੱਜ ਹੀ ਖਬਰ ਕੈਨੇਡਾ ਦੇ ਬ੍ਰੈਂਟਨ ਤੋਂ ਸਾਹਮਣੇ ਆ ਗਈ ਹੈ ਜਿਸ ਦੇ ਨਾਲ ਇਹ ਰਿਸ਼ਤੇ ਹੋਰ ਵੀ ਵਿਗੜ ਸਕਦੇ ਨੇ ਵੀ ਤੇ ਦਿਨ ਖਬਰ ਸਾਹਮਣੇ ਆਈ ਕੈਨੇਡਾ ਦੇ ਬ੍ਰੈਂਟਨ ਦੇ ਵਿੱਚ ਇੱਕ ਮੰਦਰ ਦੇ ਸਾਹਮਣੇ ਖਾਲਸਤਾਨੀਆਂ ਅਤੇ ਕੁਝ Hindu ਧਰਮ ਦੇ ਲੋਕਾਂ ਦੇ ਵਿਚਾਲੇ ਝੜਪਾ ਹੋ ਗਈਆਂ ਜਿਸ ਨੂੰ ਕਿ ਭਾਰਤ ਦੇ ਕੁਝ ਮੀਡੀਆ ਅਦਾਰਿਆਂ ਦੇ ਵੱਲੋਂ ਖਾਲਸਤਾਨੀਆਂ ਦਾ ਮੰਦਰ ਤੇ ਹਮਲਾ ਇਸ ਨੂੰ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਦੋਵਾਂ ਸਰਕਾਰਾਂ ਦੇ ਵੱਲੋਂ ਇਸਤੇ ਬਿਆਨ ਜਾਰੀ ਕੀਤੇ ਗਏ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਸਤੇ ਬਿਆਨ ਜਾਰੀ ਕੀਤਾ ਗਿਆ ਹੁਣ ਕੈਨੇਡਾ ਦੀ ਪੁਲਿਸ ਨੇ ਇਸ ਬਾਰੇ ਜਾਣਕਾਰੀ ਇਹ ਵੀ ਦਿੱਤੀ ਹੈ ਕਿ ਇਸ ਮਾਮਲੇ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਜੋ ਟਰੂਡੋ ਨੇ ਬਿਆਨ ਦਿੱਤਾ ਉਸ ਦੇ ਵਿੱਚ ਉਹਨਾਂ ਨੇ ਆਖਿਆ ਬ੍ਰੈਮਟਨ ਦੇ ਹਿੰਦੂ ਮੰਦਿਰ ਦੇ ਬਾਹਰ ਹੋਈ ਹਿੰਸਾ ਨਾ ਸਹਿਣਯੋਗ ਹੈ ਸਾਰੇ ਕੈਨੇਡੀਅਨਾਂ ਨੂੰ ਆਪਣੀ ਆਸਥਾ ਮੁਤਾਬਕ ਆਪਣੇ ਰੀਤੀ ਰਿਵਾਜ ਆਜ਼ਾਦੀ ਅਤੇ ਸੁਰੱਖਿਆ ਨਾਲ ਮਨਾਉਣ ਦੀ ਆਜ਼ਾਦੀ ਹੈ ਕਮਿਊਨਿਟੀ ਦੀ ਸੁਰੱਖਿਆ ਅਤੇ ਮਾਮਲੇ ਦੀ ਜਾਂਚ ਲਈ ਚੌਕਸੀ ਦਿਖਾਉਣ ਲਈ ਪੀਲ ਪੁਲਿਸ ਦਾ ਧੰਨਵਾਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਬਿਆਨ ਐਤਵਾਰ ਬਾਅਦ ਦੁਪਹਿਰ ਹਿੰਦੂ ਸਭਾ ਮੰਦਰ ਦੇ ਬਾਹਰ ਹੋਏ ਇੱਕ ਹਿੰਸਕ ਮੁਜਾਰੇ ਦੀ ਨਖੇਦੀ ਕਰਦਿਆਂ ਆਇਆ ਹੈ ਇਸ ਤੋਂ ਬਾਅਦ ਹੁਣ ਭਾਰਤ ਸਰਕਾਰ ਦਾ ਵੀ ਜਵਾਬ ਸਾਹਮਣੇ ਆ ਗਿਆ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਤੇਰ ਜੈਸਵਾਲ ਦੇ ਵੱਲੋਂ ਇਸ ਤੇ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਆਖਿਆ ਅਸੀਂ ਕੱਲ 온ਟਾਰੀਓ ਦੇ ਬ੍ਰੈਂਟਨ ਵਿੱਚ Hindu ਸਭਾ ਮੰਦਰ ਵਿੱਚ ਕੱਟੜ ਪੰਥੀਆਂ ਅਤੇ ਵੱਖਵਾਦੀਆਂ ਵੱਲੋਂ ਕੀਤੀਆਂ ਗਈਆਂ ਹਿੰਸਕ ਕਾਰਵਾਈਆਂ ਦੀ ਨਿੰਦਾ ਕਰਦੇ ਹਾਂ ਅਸੀਂ ਕੈਨੇਡਾ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਹਿੰਦੇ ਹਾਂ ਕਿ ਸਾਰੇ ਧਾਰਮਿਕ ਸਥਾਨਾਂ ਨੂੰ ਅਜਿਹੇ ਹਮਲਿਆਂ ਤੋਂ ਸੁਰੱਖਿਅਤ ਰੱਖਿਆ ਜਾਵੇ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਹਿੰਸਾ ਵਿੱਚ ਸ਼ਾਮਲ ਲੋਕਾਂ ਤੇ ਮੁਕਦਮਾ ਚਲਾਇਆ ਜਾਵੇਗਾ ਅਸੀਂ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਗੀ ਚਿੰਤਾ ਦੇ ਵਿੱਚ ਰਹਿੰਦੇ ਹਾਂ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਵਾਰ ਫਿਰ ਤੋਂ ਕੈਨੇਡਾ ਨੂੰ ਇਹ ਸਖਤ ਬਿਆਨ ਸਖਤ ਤਾੜਨਾ ਕੀਤੀ ਗਈ ਹੈ ਕਿ ਜੋ ਭਾਰਤੀ ਨਾਗਰਿਕ ਕੈਨੇਡਾ ਦੇ ਵਿੱਚ ਵੱਸਦੇ ਨੇ ਅਸੀਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦੇ ਵਿੱਚ ਰਹਿਨੇ ਆ ਇਸ ਦਾ ਮਤਲਬ ਇਹ ਹੈ ਕਿ ਪੂਰੀ ਦੁਨੀਆ ਨੂੰ ਭਾਰਤ ਦੱਸਣਾ ਚਾਹੁੰਦਾ ਹੈ ਕਿ ਭਾਰਤੀ ਨਾਗਰਿਕ ਹੁਣ ਕੈਨੇਡਾ ਦੇ ਵਿੱਚ ਸੁਰੱਖਿਆਤ ਨਹੀਂ ਅਤੇ ਇਸੇ ਕਰਕੇ ਸਾਨੂੰ ਚਿੰਤਾ ਹੁੰਦੀ ਰਹਿੰਦੀ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਸੁਪਰੀਮ ਕੋਰਟ ਦੇ ਵੱਲੋਂ ਬਲਵੰਤ ਸਿੰਘ ਰਾਜੂਆਣਾ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ ਰਾਜੂਆਣਾ ਦੇ ਵਕੀਲ ਦੇ ਵੱਲੋਂ ਅਦਾਲਤ ਦੇ ਅੱਗੇ ਅਪੀਲ ਇਹ ਕੀਤੀ ਗਈ ਸੀ ਕਿ ਘੱਟੋ ਘੱਟ ਅੰਤਰਿਮ ਰਾਹਤ ਜ਼ਰੂਰ ਰਾਜੂਆਣਾ ਨੂੰ ਦਿੱਤੀ ਜਾਣੀ ਚਾਹੀਦੀ ਹੈ ਅੰਤਰੀਮ ਰਾਹਤ ਦਾ ਮਤਲਬ ਹੈ ਕਿ ਕੁਝ ਸਮੇਂ ਲਈ ਜੇਲ੍ਹ ਤੋਂ ਬਾਹਰ ਬਲਵੰਤ ਸਿੰਘ ਰਾਜੂਆਣਾ ਨੂੰ ਜ਼ਰੂਰ ਕੱਢਿਆ ਜਾਣਾ ਚਾਹੀਦਾ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਰਾਜੂਆਣਾ ਦੇ ਵਕੀਲ ਨੇ ਇਹ ਸਮਾਂ ਘੱਟੋ-ਘੱਟ 6 ਮਹੀਨੇ ਦਾ ਮੰਗਿਆ ਹੈ ਕਿ ਰਾਜੂਆਣਾ ਨੂੰ ਘੱਟੋ-ਘੱਟ 6 ਮਹੀਨੇ ਲਈ ਤਾਂ ਬਾਹਰ ਕੱਢਿਆ ਜਾਵੇ ਬਾਹਰ ਦੀ ਦੁਨੀਆ ਵਿਖਾਈ ਜਾਵੇ ਕਿਉਂਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਅਪੀਲ ਰਾਸ਼ਟਰਪਤੀ ਦੇ ਕੋਲ ਪਾਈ ਹੋਈ ਹੈ ਪਰ 12 ਸਾਲਾਂ ਤੋਂ ਉਸਤੇ ਕੋਈ ਫੈਸਲਾ ਨਹੀਂ ਲਿਆ ਗਿਆ ਇਸ ਕਰਕੇ ਇਹ ਤਾਂ ਜੀਣ ਦੇ ਅਧਿਕਾਰ ਅਤੇ ਆਜ਼ਾਦੀ ਦੀ ਉਲੰਘਣਾ ਹੈ ਇਸ ਕਰਕੇ ਘਟੋ-ਕਟ 6 ਮਹੀਨਿਆਂ ਦੀ ਅੰਤਿਮ ਰਾਹਤ ਜ਼ਰੂਰ ਬਲਵੰਤ ਸਿੰਘ ਰਾਜੂਆਣਾ ਨੂੰ ਮਿਲਣੀ ਚਾਹੀਦੀ ਹੈ ਜਦੋਂ ਸੋਮਵਾਰ ਨੂੰ ਇਸ ਮਸਲੇ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਸੁਪਰੀਮ ਕੋਰਟ ਦੇ ਜੱਜਾਂ ਦੇ ਬੈਂਚ ਨੇ ਆਖਿਆ ਅਸੀਂ ਦੋਵੇਂ ਸਰਕਾਰਾਂ ਨੂੰ ਸੁਣੇ ਬਿਨਾ ਕੋਈ ਵੀ ਅੰਤਰੀਮ ਰਾਹਤ ਦੇਣ ਦਾ ਫੈਸਲਾ ਨਹੀਂ ਲੈ ਸਕਦੇ ਦੋਵੇਂ ਸਰਕਾਰਾਂ ਭਾਵ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਵੇਂ ਸਰਕਾਰਾਂ ਨੂੰ ਸੁਣੇ ਬਿਨਾਂ ਅਸੀਂ ਇਹ ਰਾਹਤ ਨਹੀਂ ਦੇ ਸਕਦੇ ਕੋਈ ਫੈਸਲਾ ਨਹੀਂ ਲੈ ਸਕਦੇ ਸੁਪਰੀਮ ਕੋਰਟ ਨੇ ਇਹ ਆਖਦਿਆਂ ਸੁਣਵਾਈ ਨੂੰ 18 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਹੁਣ ਦੋਵੇਂ ਸਰਕਾਰਾਂ ਦੇ ਵੱਲੋਂ 18 ਤਰੀਕ ਨੂੰ ਆਪੋ ਆਪਣਾ ਪੱਖ ਇਸ ਅੰਤਰਿਮ ਰਾਹਤ ਦੇ ਮੁੱਦੇ ਤੇ ਰੱਖਿਆ ਜਾ ਸਕਦਾ ਹੈ ਪੱਖ ਮਤਲਬ ਦੋਵੇਂ ਸਰਕਾਰਾਂ ਦੱਸਣਗੀਆਂ ਕੇਂਦਰ ਅਤੇ ਪੰਜਾਬ ਸਰਕਾਰ ਦੱਸੇਗੀ ਕਿ 6 ਮਹੀਨਿਆਂ ਦੀ ਘੱਟੋ-ਘੱਟ ਅੰਤਰਿਮ ਰਾਹਤ ਆ ਮਿਲਣੀ ਚਾਹੀਦੀ ਹੈ ਰਾਜਵਾਨਾਂ ਨੂੰ ਜਾਂ ਫਿਰ ਨਹੀਂ ਅਗਲੀ ਸੁਣਵਾਈ ਤੇ ਪਤਾ ਲੱਗੇਗਾ ਕਿ ਕਿਹੜੀ ਸਰਕਾਰ ਦੇ ਵੱਲੋਂ ਇਸ ਗੱਲ ਨੂੰ ਹਮੀ ਭਰੀ ਜਾਂਦੀ ਹੈ ਅਤੇ ਕਿਸ ਦੇ ਵੱਲੋਂ ਇਨਕਾਰ ਕੀਤਾ ਜਾਂਦਾ ਹੈ 18 ਨਵੰਬਰ ਨੂੰ ਇਸ ਮਸਲੇ ਦੀ ਅਗਲੀ ਸੁਣਵਾਈ ਹੋਵੇਗੀ ਅਗਲੀ ਖਬਰ ਦੇ ਵੱਲ ਵਧਦੇ ਹਾਂ ਸੁਪਰੀਮ ਕੋਰਟ ਦੇ ਵੱਲੋਂ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਸਰਕਾਰਾਂ 'ਤੇ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਤੋਂ ਜਵਾਬ ਤਲਬੀ ਕਰ ਲਈ ਹੈ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਨੇ 10 ਦਿਨਾਂ ਦੇ ਵਿੱਚ ਦੋਵਾਂ ਸਰਕਾਰਾਂ ਤੋਂ ਇਸ ਸਬੰਧ ਦੇ ਵਿੱਚ ਜਵਾਬ ਸੁਪਰੀਮ ਕੋਰਟ ਨੇ ਮੰਗਿਆ ਹੈ ਜਵਾਬ ਇਹ ਮੰਗਿਆ ਹੈ ਕਿ ਜੋ ਅਕਤੂਬਰ ਦੇ ਆਖਰੀ 10 ਦਿਨ ਸਨ ਇਹਨਾਂ ਦੇ ਵਿੱਚ ਪਰਾਲੀ ਸਾੜਨ ਦੇ ਕੇਸਾਂ ਦੇ ਵਿੱਚ ਕਾਫੀ ਵਾਧਾ ਹੋਇਆ ਅਤੇ ਇਸ ਨੂੰ ਰੋਕਣ ਲਈ ਸਰਕਾਰਾਂ ਦੇ ਵੱਲੋਂ ਕੀ ਕੁਝ ਕੀਤਾ ਗਿਆ ਹੈ ਇਹ ਸਾਰਾ ਜਵਾਬ 10 ਦਿਨਾਂ ਦੇ ਵਿੱਚ ਵਿੱਚ ਸੁਪਰੀਮ ਕੋਰਟ ਦੇ ਵਿੱਚ ਦੋਵੇਂ ਸਰਕਾਰਾਂ ਦਾਖਲ ਕਰਨਾ ਅਤੇ ਦੋਵੇਂ ਸਰਕਾਰਾਂ ਨੂੰ ਹੁਣ ਦੱਸਣਾ ਪਵੇਗਾ ਕਿ ਉਹਨਾਂ ਦੇ ਵੱਲੋਂ ਪ੍ਰਾਲੀ ਸਾੜਨ ਤੋਂ ਰੋਕਣ ਲਈ ਕੀ ਕੁਝ ਕਦਮ ਚੁੱਕੇ ਗਏ ਨੇ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਪਟਾਕਿਆਂ ਤੇ ਪਾਬੰਦੀ ਲੱਗਣ ਦੇ ਬਾਵਜੂਦ ਦੀਵਾਲੀ ਤੇ ਪਟਾਕੇ ਚੱਲੇ ਇਸ ਲਈ ਦਿੱਲੀ ਸਰਕਾਰ ਅਤੇ ਦਿੱਲੀ ਪੁਲਿਸ ਦੇ ਕੋਲੋਂ ਵੀ ਜਵਾਬ ਤਲਬੀ ਕਰ ਲਈ ਹੈ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਨੇ ਆਖਿਆ ਦਿੱਲੀ ਸਰਕਾਰ ਵੀ ਜਵਾਬ ਦੇਵੇ ਦਿੱਲੀ ਪੁਲਿਸ ਵੀ ਜਵਾਬ ਦੇਵੇ ਕਿ ਜਦੋਂ ਤੁਸੀਂ ਪਟਾਕੇ ਚਲਾਉਣ ਤੇ ਪਾਬੰਦੀ ਲਾਈ ਹੈ ਤਾਂ ਫਿਰ ਇੰਨੇ ਪਟਾਕੇ ਦਿੱਲੀ ਵਿੱਚ ਚੱਲੇ ਕਿਵੇਂ ਦਿੱਲੀ ਸਰਕਾਰ ਅਤੇ ਪੁਲਿਸ ਦੇ ਕੋਲੋਂ ਇਹ ਜਵਾਬ ਇੱਕ ਹਫ਼ਤੇ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਮੰਗਿਆ ਗਿਆ ਏ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਬਹੁਤ ਜ਼ਿਆਦਾ ਸਖਤੀ ਸਰਕਾਰਾਂ ਤੇ ਕੀਤੀ ਜਾ ਰਹੀ ਹੈ ਅੱਗੇ ਵਧਦੇ ਹਾਂ ਹੁਣ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਸਰਕਾਰਾਂ ਤੇ ਸਖਤੀ ਕੀਤੀ ਜਾ ਰਹੀ ਹੈ ਤਾਂ ਸਰਕਾਰਾਂ ਦੇ ਵੱਲੋਂ ਕਿਸਾਨਾਂ ਤੇ ਸਖਤੀ ਕੀਤੀ ਜਾ ਰਹੀ ਹੈ ਪੰਜਾਬ ਦੀ ਮਾਨ ਸਰਕਾਰ ਨੇ ਤਾਂ ਕਿਸਾਨਾਂ ਤੇ ਸਖਤੀ ਦੇ ਰਿਕਾਰਡ ਹੀ ਤੋੜ ਦਿੱਤੇ ਨੇ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਹਲਾਈ ਬੋਲ ਦਿੱਤਾ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਤੇ ਵੱਡੀ ਗਿਣਤੀ ਦੇ ਵਿੱਚ ਰੈੱਡ ਐਂਟਰੀਆਂ ਪਾ ਦਿੱਤੀਆਂ ਗਈਆਂ ਨੇ ਕਿਸਾਨਾਂ ਦੇ ਜ਼ਮੀਨੀ ਖਾਤਿਆਂ ਦੇ ਵਿੱਚ ਕਾਰਵਾਈਆਂ ਦੇ ਮੁਤਾਬਕ ਅੰਕੜਿਆਂ ਦੇ ਮੁਤਾਬਕ ਅੰਮ੍ਰਿਤਸਰ ਦੇ ਵਿੱਚ 306 ਕੇਸ ਦਰਜ ਕੀਤੇ ਗਏ ਨੇ ਪ੍ਰਾਲੀ ਸਾੜਨ ਦੇ ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਅਤੇ ਰੈੱਡ ਐਂਟਰੀਆਂ ਦੇ ਕੇਸ 227 ਨੇ ਤਰਨਤਾਰਨ ਦੇ ਵਿੱਚ 423 ਕੇਸ ਅਤੇ 241 ਰੈੱਡ ਐਂਟਰੀਆਂ ਪਾ ਦਿੱਤੀਆਂ ਗਈਆਂ ਨੇ ਮਾਨਸਾ ਦੇ ਵਿੱਚ 102 ਕੇਸ ਦਰਜ ਕੀਤੇ ਗਏ ਨੇ ਅਤੇ 84 ਰੈੱਡ ਐਂਟਰੀਆਂ ਵੀ ਪਾਈਆਂ ਗਈਆਂ ਨੇ ਪਟਿਆਲਾ ਦੇ ਵਿੱਚ ਸਭ ਤੋਂ ਵਧੇਰੇ ਰੈੱਡ ਐਂਟਰੀਆਂ ਪਾਉਣ ਦਾ ਕੰਮ ਕੀਤਾ ਗਿਆ 316 ਕੇਸ ਅਤੇ 264 ਰੈਡ ਐਂਟਰੀਆਂ ਕੀਤੀਆਂ ਗਈਆਂ ਨੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਹ ਸਿਕੰਜਾ ਕਿਸਾਨਾਂ ਤੇ ਕੱਸਿਆ ਗਿਆ ਹੈ ਇੱਕ ਪਾਸੇ ਕਿਸਾਨ ਮੰਡੀਆਂ ਦੇ ਵਿੱਚ ਰੁੜ ਰਹੇ ਨੇ ਉਹਨਾਂ ਦਾ ਝੋਨਾ ਲਿਫਟਿੰਗ ਨਹੀਂ ਹੋ ਰਹੀ ਹੈ ਖਰੀਦ ਨਹੀਂ ਹੋ ਰਹੀ ਅਤੇ ਹੁਣ ਜਦੋਂ ਉਹਨਾਂ ਨੇ ਕਣਕ ਬੀਜਣੀ ਹੈ ਖੇਤ ਵਿਹਲੇ ਕਰਨੇ ਨੇ ਪਰਾਲੀ ਨੂੰ ਆਗ ਲਾ ਰਹੇ ਨੇ ਤਾਂ ਉੱਥੇ ਵੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈਆਂ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਅਗੇ ਵਧਦੇ ਹਾਂ ਅੰਮ੍ਰਿਤਸਰ ਪੰਜਾਬ ਦਾ ਸ਼ਹਿਰ ਅੰਮ੍ਰਿਤਸਰ ਜਿੱਥੋਂ ਦਾ 에어 ਕੁਆਲਿਟੀ ਇੰਡੈਕਸ ਹੈ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ شمار ਹੋ ਗਿਆ ਹੁਣ ਮਿਊਨਿਸਪਲ ਕਾਰਪੋਰੇਸ਼ਨ ਨਗਰ ਨਿਗਮ ਅੰਮ੍ਰਿਤਸਰ ਨੂੰ ਇਸ ਦੇ ਲਈ ਇੱਕ ਵੱਡਾ ਕਦਮ ਚੁੱਕਣਾ ਪੈ ਗਿਆ ਸ਼ਹਿਰ ਦੇ ਵਿੱਚ ਐਂਟੀ ਸਮੋਗ ਮਸ਼ੀਨਾਂ ਚਲਾਈਆਂ ਜਾ ਰਹੀਆਂ ਨੇ ਨਗਰ ਨਿਗਮ ਦੇ ਵੱਲੋਂ ਜਾਣ ਕਰ ਦਿੱਤੀ ਗਈ ਕਿ ਜੋ ਐਂਟੀ ਸਮੋਗ ਮਸ਼ੀਨਾ ਹੁੰਦੀਆਂ ਨੇ ਇਸ ਦੇ ਵੱਲੋਂ ਬਹੁਤ ਤੇਜ਼ੀ ਨਾਲ ਪਾਣੀ ਹਵਾ ਦੇ ਵਿੱਚ ਮਾਰਿਆ ਜਾਂਦਾ ਹੈ ਅਤੇ ਜੋ ਧੂੜ ਦੇ ਕਣ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਨੇ ਉਹ ਧੂੜ ਦੇ ਕਣ ਜ਼ਮੀਨ ਤੇ ਡਿੱਗ ਪੈਂਦੇ ਨੇ ਅਤੇ ਹਵਾ ਸਾਫ਼ ਹੋ ਜਾਂਦੀ ਹੈ ਵੈਸੇ ਕੁਦਰਤੀ ਤੌਰ ਤੇ ਇਹ ਪ੍ਰਕਿਰਿਆ ਮੀਂਹ ਦੇ ਨਾਲ ਹੁੰਦੀ ਹੈ ਪਰ ਹੁਣ ਮੀਂਹ ਨਹੀਂ ਪੈ ਰਿਹਾ ਤਾਂ ਫਿਰ ਮਸ਼ੀਨੀ ਤਰੀਕੇ ਨਾਲ ਹੀ ਇਸ ਨੂੰ ਅਸੀਂ ਅੰਜਾਮ ਦੇ ਰਹੇ ਆ ਤਿੰਨ ਮਸ਼ੀਨਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਕੰਮ ਕਰ ਰਹੀਆਂ ਨੇ ਉਨੀ ਦੇਰ ਤੱਕ ਕੰਮ ਕਰਦੀਆਂ ਰਹਿਣਗੀਆਂ ਜਿੰਨੀ ਦੇਰ ਤੱਕ 에ਅਰ ਕੁਆਲਿਟੀ ਇੰਡੈਕਸ ਅੰਮ੍ਰਿਤਸਰ ਦਾ ਆਮ ਮੰਗਾ ਨਹੀਂ ਹੋ ਜਾਂਦਾ ਸਿਵਲ ਹਸਪਤਾਲ ਦੇ ਡਾਕਟਰ ਹਰਮਨ ਕੌਰ ਦੇ ਵੱਲੋਂ ਜਾਣ ਕਰ ਦਿੱਤੀ ਗਈ ਕਿ 에ਅਰ ਕੁਆਲਿਟੀ ਇੰਡੈਕਸ ਸੋ ਤੋਂ ਥੱਲੇ ਥੱਲੇ ਰਹਿਣਾ ਚਾਹੀਦਾ ਹੈ ਫੇਰ ਹੀ ਉਹ ਹਵਾ ਸਾਹ ਲੈਣ ਯੋਗ ਆਖੀ ਜਾ ਸਕਦੀ ਹੈ ਜੋ 300 ਦੇ ਆਸ-ਪਾਸ 에ਅਰ ਕੁਆਲਿਟੀ ਇੰਡੈਕਸ ਅੰਮ੍ਰਿਤਸਰ ਦਾ ਇਸ ਵੇਲੇ ਹੈ ਉਹ ਬਹੁਤ ਘਾਤਕ ਹੈ ਉਹ ਤਾਂ ਜਾਨਲੇਵਾ ਹੈ ਖਾਸ ਤੌਰ ਤੇ ਜੋ ਗਰਭਵਤੀ ਔਰਤਾਂ ਹਨ ਛੋਟੇ ਬੱਚੇ ਹਨ ਜਾਂ ਫਿਰ ਬਜ਼ੁਰਗ ਹਨ ਖਾਸ ਤੌਰ ਤੇ ਉਹ ਲੋਕ ਵੀ ਜਿਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ ਨੇ ਉਹਨਾਂ ਲਈ ਤਾਂ ਇਹ ਬਹੁਤ ਘਾਤਕ ਨੇ ਇਸ ਕਰਕੇ ਲੋਕਾਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਪੂਰੀ ਤਰ੍ਹਾਂ ਆਪਣਾ ਨੱਕ 마ਸਕ ਦੇ ਨਾਲ ਟਾ ਕੇ ਰੱਖਣਾ ਚਾਹੀਦਾ ਹੈ ਡਾਕਟਰ ਹਰਮਨ ਕੌਰ ਦੇ ਵੱਲੋਂ ਤਾਂ ਲੋਕਾਂ ਨੂੰ ਖਾਸ ਤੌਰ ਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਸਲਾਹ ਦੇ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਫਰਵਰੀ ਮਹੀਨੇ ਤੋਂ ਪੰਜਾਬ ਅਤੇ ਹਰਿਆਣਾ ਦੇ ਬਾਡਰਾਂ ਤੇ ਕਿਸਾਨ ਅੰਦੋਲਨ ਲਾ ਕੇ ਬੈਠੇ ਨੇ ਚਲਾ ਕੇ ਬੈਠੇ ਨੇ ਧਰਨਾ ਲਾ ਕੇ ਬੈਠੇ ਨੇ ਸੁਪਰੀਮ ਕੋਰਟ ਦੇ ਵੱਲੋਂ ਸ਼ੰਭੂ ਬਾਡਰ ਖੋਲਣ ਨੂੰ ਲੈ ਕੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਸ ਕਮੇਟੀ ਨੇ ਆਖਿਆ ਅਸੀਂ ਅੰਦੋਲਨਕਾਰੀਆਂ ਦੇ ਨਾਲ ਮੀਟਿੰਗ ਕਰਾਂਗੇ ਕਿਸਾਨ ਆਗੂ ਸਰਵਣ ਸਿੰਘ ਭੰਦੇਰ ਨੇ ਸਾਫ਼ ਅਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਆਖ ਦਿੱਤਾ ਅਸੀਂ ਸੁਪਰੀਮ ਕੋਰਟ ਨਹੀਂ ਗਏ ਅਸੀਂ ਕਮੇਟੀ ਨੂੰ ਨਹੀਂ ਮੰਨਦੇ ਅਸੀਂ ਕਮੇਟੀ ਨਾਲ ਮੁਲਾਕਾਤ ਨਹੀਂ ਕਰਾਂਗੇ ਪਰ ਹੁਣ ਖਬਰ ਸਾਹਮਣੇ ਆਈ ਹੈ ਕਿ SKM ਨਾਨ ਪੋਲਿਟਿਕਲ SKM ਗੈਰ ਰਾਜਨੀਤਿਕ ਜਿਸ ਦੀ ਅਗਵਾਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕੀਤੀ ਜਾ ਰਹੀ ਹੈ ਉਸ ਦੇ ਨੁਮਾਇੰਦਿਆਂ ਦੇ ਵੱਲੋਂ ਸੁਪਰੀਮ ਕੋਰਟ ਦੀ ਇਸ ਕਮੇਟੀ ਦੇ ਨਾਲ ਬੈਠਕ ਕਰ ਲਈ ਗਈ ਹੈ ਦੋ ਮੰਚ ਨੇ ਮੁੱਖ ਤੌਰ ਤੇ ਜਿਨ੍ਹਾਂ ਦੇ ਵੱਲੋਂ ਇਹ ਅੰਦੋਲਨ ਚਲਾਇਆ ਜਾ ਰਿਹਾ ਹੈ ਕਿਸਾਨ ਮਜ਼ਦੂਰ ਮੋਰਚਾ ਇਸ ਦੇ ਆਗੂ ਨੇ ਸਰਵਣ ਸਿੰਘ ਪੰਦੇਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਸ ਦੇ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਭੰਦੇਰ ਨੇ ਕੀਤਾ ਇਨਕਾਰ ਅਤੇ ਡੱਲੇਵਾਲ ਵਾਲਾ ਮੋਰਚਾ ਸੁਪਰੀਮ ਕੋਰਟ ਦੀ ਕਮੇਟੀ ਨੂੰ ਮਿਲ ਆਇਆ ਹੈ ਮਿਲ ਕੇ ਤੇਰਾ ਮੰਗਾ ਅਸੀਂ ਸੁਪਰੀਮ ਕੋਰਟ ਵਾਲੀ ਕਮੇਟੀ ਦੇ ਅੱਗੇ ਰੱਖੀਆਂ ਨੇ ਇਹਨਾਂ ਕਿਸਾਨ ਆਗੂਆਂ ਦੇ ਵੱਲੋਂ ਜਾਣ ਕਰ ਦਿੱਤੀ ਗਈ ਇਸ ਤੋਂ ਬਾਅਦ ਚਰਚਾਵਾਂ ਹੁਣ ਇਹ ਚੱਲ ਪਈਆਂ ਨੇ ਕਿ ਕੀ ਕਿਸਾਨੀ ਅੰਦੋਲਨ ਭਾਗ ਦੂਜਾ ਪਾਟ ਗਿਆ ਹੈ ਆਪਸ ਵਿੱਚ ਰਾਏ ਨਹੀਂ ਰਲ ਰਹੀ ਹੈ ਕਿਉਂਕਿ ਪੰθεਰ ਨੇ ਤਾਂ ਸਾਫ਼ ਮਨਾ ਕਰ ਦਿੱਤਾ ਸੀ ਅਸੀਂ ਨਹੀਂ ਮਿਲਾਂਗੇ ਫਿਰ ਡੱਲੇ ਵਾਲਦਾ ਧੜਾ ਐਸੀ ਦੀ ਕਮੇਟੀ ਸੁਪਰੀਮ ਕੋਰਟ ਦੀ ਕਮੇਟੀ ਦੇ ਨਾਲ ਕਿਉਂ ਮਿਲਿਆ ਹੈ ਇਸ ਨੂੰ ਲੈ ਕੇ ਵੀ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨਜ਼ਰ ਆ ਰਹੀਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਪੰਜਾਬ ਦੀਆਂ ਅਨਾਜ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਦਾ ਸੰਕਟ ਬਹੁਤ ਡੂੰਗਾ ਹੋਇਆ ਪਿਆ ਹੈ ਇਸ ਵਿਚਾਲੇ ਉਹ ਪਚੋਣਾ ਵੀ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਮੰਡੀਆਂ ਦਾ ਦੌਰਾ ਨਹੀਂ ਕਰ ਰਹੇ ਉਹਨਾਂ ਨੇ ਮੰਡੀਆਂ ਦੇ ਬਾਰੇ ਬੋਲਣਾ ਵੀ ਛੱਡ ਦਿੱਤਾ ਹੈ ਅਤੇ ਹੱਥ ਪੈਰ ਮਾਰਨੇ ਵੀ ਛੱਡ ਦਿੱਤੇ ਨੇ ਪੂਰੀ ਤਰ੍ਹਾਂ ਕਿਸਾਨਾਂ ਨੂੰ ਆਪਣੇ ਹਾਲਤੇ ਛੱਡ ਦਿੱਤਾ ਹੈ ਮੰਡੀਆਂ ਨੂੰ ਆਪਣੇ ਹਾਲਤੇ ਛੱਡ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਖੁਰਾਕ ਮੰਤਰੀ ਲਾਲ ਚੰਦ ਘਟਾਰੂ ਚੱਕ ਨੇ ਪੂਰੀ ਦੀ ਪੂਰੀ ਸਰਕਾਰ ਇਸ ਵੇਲੇ ਚੋਣ ਪ੍ਰਚਾਰ ਦੇ ਵਿੱਚ ਬਿਜ਼ੀ ਹੋ ਗਈ ਹੈ ਹੁਣ ਸਰਕਾਰ ਦੇ ਵੱਲੋਂ ਇੱਕ ਨਵੀਂ ਯੋਜਨਾ ਬਣਾਈ ਗਈ ਹੈ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਜਿੰਨਾ 4 ਹਲਕਿਆਂ ਦੇ ਵਿੱਚ ਉਹ ਪਹੁੰਚੋਣਾ ਹੋ ਰਹੀਆਂ ਨੇ ਉਹਨਾਂ ਹਲਕਿਆਂ ਦੇ ਵਿੱਚ ਕਿਸਾਨਾਂ ਨੂੰ ਇਹ ਸਮੱਸਿਆਵਾਂ ਸਰਕਾਰ ਦੇ ਵੱਲੋਂ ਨਹੀਂ ਆਉਣ ਦਿੱਤੀਆਂ ਜਾ ਰਹੀਆਂ ਕਿਹੜੀਆਂ ਸਮੱਸਿਆਵਾਂ ਪਹਿਲੀ ਸਮੱਸਿਆ ਹੈ ਚੋਣੇ ਦੀ ਲਿਫਟਿੰਗ ਨਹੀਂ ਹੋ ਰਹੀ ਟ੍ਰਿਬਿਊਨ ਦੀ ਰਿਪੋਰਟ ਦਾਵਾ ਕਰਦੀ ਹੈ ਕਿ ਜਿੱਥੇ-ਜਿੱਥੇ ਇਹ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਲਿਫਟਿੰਗ ਵੱਧ ਤੇਜ਼ੀ ਨਾਲ ਕਰਵਾ ਰਹੀ ਹੈ ਪੰਜਾਬ ਸਰਕਾਰ ਦੂਜੀ ਮੁਸ਼ਕਲ ਡੀਏਪੀ ਨਹੀਂ ਮਿਲ ਰਹੀ ਕਿਸਾਨ ਤਰਸੇ ਪਏ ਨੇ ਸੋਕਾ ਪਿਆ ਹੋਇਆ ਹੈ ਡੀਏਪੀ ਦਾ ਪਰ ਰਿਪੋਰਟ ਦਾਵਾ ਕਰਦੀ ਹੈ ਜਿੰਨਾ ਹਲਕਿਆਂ ਦੇ ਵਿੱਚ ਚੋਣਾਂ ਨੇ ਉਹਨਾਂ ਦੇ ਵਿੱਚ ਡੀਏਪੀ ਆਮ ਹੈ ਉੱਥੋਂ ਦੇ ਕਿਸਾਨਾਂ ਦੀਆਂ ਮੋਜਾਂ ਲੱਗੀਆਂ ਪਈਆਂ ਨੇ ਉਹਨਾਂ ਨੂੰ ਡੀਏਪੀ ਮੁਹੱਈਆ ਕਰਵਾਈ ਜਾ ਰਹੀ ਹੈ ਤੀਜੀ ਮੁਸ਼ਕਲ ਪਰਾਲੀ ਸਾੜਨ ਤੇ ਕੇਸ ਕੀਤੇ ਜਾ ਰਹੇ ਨੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਰਿਪੋਰਟ ਦਾਵਾ ਕਰਦੀ ਹੈ ਕਿ ਇਨ੍ਹਾਂ ਵਿਧਾਨ ਸਭਾ ਹਲਕਿਆਂ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਪਰਾਲੀ ਸਾੜਨ ਤੇ ਵੀ ਘੱਟ ਕਾਰਵਾਈਆਂ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਇਨ੍ਹਾਂ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਕਿਸਾਨਾਂ ਨੂੰ ਖੁਸ਼ ਕੀਤਾ ਜਾ ਸਕੇ ਅਤੇ ਵੋਟਾਂ ਲਈਆਂ ਜਾ ਸਕਣ ਅਤੇ ਬਾਕੀ ਪੰਜਾਬ ਦੇ ਵਿੱਚ ਮੰਦਾ ਹਾਲ ਹੈ ਕਿਸਾਨ ਦੋਵੇਂ ਸਰਕਾਰਾਂ ਨੂੰ ਰੱਜ ਕੇ ਗਾਲਾਂ ਕੱਢ ਰਹੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉਹਨਾਂ ਦੀ ਸਰਕਾਰ ਪੂਰੀ ਤਰ੍ਹਾਂ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਅੱਗੇ ਵਧਦੇ ਆ ਉਹ ਪਚੋਣਾ ਨੂੰ ਲੈ ਕੇ ਚੋਣ ਕਮਿਸ਼ਨ ਨੇ ਇੱਕ ਵੱਡਾ ਫੈਸਲਾ ਲਿਆ ਹਫ਼ਤਾ ਅੱਗੇ ਪਾ ਦਿੱਤੀਆਂ ਪੰਜਾਬ ਦੀਆਂ ਉਪ ਚੋਣਾਂ ਉੱਤਰ ਪ੍ਰਦੇਸ਼ ਪੰਜਾਬ ਅਤੇ ਕੇਰਲ ਇਹ ਤਿੰਨ ਸੂਬਿਆਂ ਦੀਆਂ ਉਪ ਚੋਣਾਂ 14 ਸੀਟਾਂ ਤੇ ਹੋ ਰਹੀਆਂ ਨੇ ਜਿਨ੍ਹਾਂ ਦੀ ਤਰੀਕ ਹੈ 13 ਨਵੰਬਰ ਤੋਂ ਅੱਗੇ ਕਰਕੇ 20 ਨਵੰਬਰ ਕਰ ਦਿੱਤੀ ਗਈ ਹੈ ਹੁਣ ਪੰਜਾਬ ਦੀਆਂ ਵੀ 4 ਸੀਟਾਂ ਤੇ ਵੋਟਾਂ 20 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਹੀ ਆਉਣਗੇ ਜੋ ਦੂਜੇ ਦੋ ਸੂਬੇ ਹਨ ਝਾਰਖੰਡ ਅਤੇ ਮਹਾਰਾਸ਼ਟਰ ਉਹਨਾਂ ਦੇ ਵੀ ਨਤੀਜੇ 23 ਨਵੰਬਰ ਨੂੰ ਹੀ ਆਉਣਗੇ ਅਤੇ ਪੰਜਾਬ ਦੀਆਂ ਉਪਚੋਣਾਂ ਦੇ ਨਤੀਜੇ ਵੀ 23 ਨਵੰਬਰ ਨੂੰ ਹੀ ਐਲਾਨੇ ਜਾਣਗੇ ਇਹ ਸਭ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੀ ਤਰ੍ਹਾਂ ਕਮਾੜਾ ਸਾਂਭ ਲਈ ਹੈ ਹੁਣ ਬਰਨਾਲਾ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਰੋਡ ਸ਼ੋਅ ਕੀਤਾ ਗਿਆ ਰੋਡ ਸ਼ੋਅ ਦੇ ਵਿੱਚ ਬੋਲਦਿਆਂ ਭਗਵੰਤ ਮਾਨ ਨੇ ਆਖਿਆ ਪਹਿਲਾਂ ਸਰਕਾਰਾਂ ਵਾਅਦੇ ਕਰਦੀਆਂ ਹੁੰਦੀਆਂ ਸੀ ਫਿਰ ਵੋਟਾਂ ਲੈਂਦੀਆਂ ਸੀ ਪਰ ਸਾਡੀ ਪਹਿਲੀ ਸਰਕਾਰ ਆਈ ਹੈ 70 ਸਾਲਾਂ ਬਾਅਦ 75 ਸਾਲਾਂ ਬਾਅਦ ਜਿਹੜੇ ਅਸੀਂ ਕੰਮ ਦੱਸ ਕੇ ਵੋਟਾਂ ਮੰਗ ਰਹੇ ਆ ਕਿਉਂਕਿ ਅਸੀਂ ਕੰਮ ਹੀ ਇੰਨੇ ਕਰ ਦਿੱਤੇ ਨੇ ਲੋਕ ਸਾਡੇ ਤੋਂ ਖੁਸ਼ ਹੀ ਬੜੇ ਨੇ ਫਿਰ ਅਸੀਂ ਕੋਈ ਹੋਰ ਗੱਲ ਕਿਉਂ ਕਰੀਏ ਅਸੀਂ ਤਾਂ ਕੰਮ ਦੱਸ ਕੇ ਹੀ ਵੋਟਾਂ ਮੰਗਾਂਗੇ ਬੇਦਬੀ ਦੇ ਦੋਸ਼ੀਆਂ ਨੂੰ ਮੈਂ ਫੜ ਕੇ ਅੰਦਰ ਜ਼ਰੂਰ ਸੁਟਾਂਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਐਲਾਨ ਕਰ ਦਿੱਤਾ ਮਾਨ ਨੇ ਆਖਿਆ ਮੇਰਾ ਪੂਰਾ ਮਨ ਹੈ ਮੈਂ ਇਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁਟਣਾ ਹੀ ਸੁਟਣਾ ਜੇਲ੍ਹ ਦੇ ਅੰਦਰ ਇਹਨਾਂ ਨੂੰ ਮੈਂ ਦੇਣਾ ਹੀ ਦੇਣਾ ਪਰ ਪੱਕੇ ਪੈਰੀ ਕਾਗਜ਼ੀ ਕਾਰਵਾਈ ਮੈਂ ਕਰ ਰਿਹਾ ਹਾਂ ਵੱਡੇ ਵੱਡੇ ਮਹਿੰਗੇ ਮਹਿੰਗੇ ਵਕੀਲਾਂ ਨੂੰ ਸੱਦ ਕੇ ਮੈਂ ਉਹਨਾਂ ਦੀਆਂ ਸਲਾਹਾਂ ਲੈ ਰਿਹਾ ਕਿ ਕਿਵੇਂ ਇਹਨਾਂ ਦਾ ਪੱਕਾ ਇੰਤਜ਼ਾਮ ਕਰੀਏ ਤਾਂ ਜੋ ਇਹ ਬਾਹਰ ਨਾ ਆ ਸਕਣ ਕਿਉਂਕਿ ਬੇਦਬੀਆਂ ਹੋਈਆਂ ਨੇ ਅਤੇ ਕਰਵਾਈਆਂ ਵੀ ਇਹਨਾਂ ਨੇ ਹੀ ਨੇ ਪਰ ਇਹਨਾਂ ਨੇ ਫਾਈਲਾਂ ਖਰਾਬ ਕਰ ਦਿੱਤੀਆਂ ਉਹਨਾਂ ਫਾਈਲਾਂ ਨੂੰ ਮੈਂ ਠੀਕ ਕਰ ਰਿਹਾ ਹਾਂ ਬੇਅਦਬੀ ਦੇ ਦੋਸ਼ੀਆਂ ਨੂੰ ਆ ਫੜ ਕੇ ਅੰਦਰ ਜ਼ਰੂਰ ਸੁਟਾਂਗਾ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਸੂਬੇ ਦੇ ਲੋਕਾਂ ਦੇ ਨਾਲ ਇਹ ਵਾਦਾ ਕਰ ਦਿੱਤਾ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਹਾਰੇ ਇਸ ਦੇ ਬਾਵਜੂਦ ਹੈ ਕੇਂਦਰ ਸਰਕਾਰ ਦੇ ਵਿੱਚ ਰਾਜ ਮੰਤਰੀ ਬਣੇ ਹੁਣ ਉਹ ਚੋਣ ਪ੍ਰਚਾਰ ਵੀ ਕਰ ਰਹੇ ਨੇ ਇਹਨਾਂ ਉਪ ਚੋਣਾਂ ਦੇ ਵਿੱਚ ਗਿੱਦੜਵਾਹਾ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ 2027 ਦੇ ਵਿੱਚ ਆਧ ਪਾਦੀ ਸਰਕਾਰ ਬਣੇਗੀ ਪੰਜਾਬ ਸੂਬੇ ਚ ਅਤੇ ਮੈਂ ਮੁੱਖ ਮੰਤਰੀ ਬਣਾਗਾ ਮੈਂ ਪੰਜਾਬ ਸੂਬੇ ਦਾ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਵਿੱਚ ਗਿੱਧੇ ਪੰਘੜੇ ਪੈਣ ਲਾ ਦਿਆਂਗਾ ਪੰਜਾਬ ਨੂੰ ਖੁਸ਼ਹਾਲ ਬਣਾ ਦਿਆਂਗਾ ਲਗਭਗ ਉਹੀ ਸਾਰੀਆਂ ਗੱਲਾਂ ਜੋ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੀਤੀਆਂ ਸੀ ਉਹੀ ਗੱਲਾਂ ਰਵਨੀਤ ਬਿੱਟੂ ਨੇ ਵੀ ਕੀਤੀਆਂ ਨੇ ਜਿਵੇਂ ਕਿ ਗਿੱਧੇ ਪੰਘੜੇ ਪੈਣ ਲੱਗ ਪੈਣਗੇ ਜਿਵੇਂ ਕਿ ਦਰਨੇ ਲਾਉਣ ਦੀ ਲੋੜ ਨਹੀਂ ਪਵੇਗੀ ਸਾਰੇ ਮਸਲਿਆਂ ਦਾ ਹੱਲ ਮੈਂ ਕਰ ਦਿਆ ਕਰਾਂਗਾ ਸੜਕਾਂ ਜਾਮ ਨਹੀਂ ਹੋਣਗੀਆਂ ਟੋਲ ਪਲਾਜ਼ੇ ਜਾਮ ਨਹੀਂ ਹੋਣਗੇ ਸਾਰਾ ਕੁਝ ਮੈਂ ਪੰਜਾਬ ਦੇ ਵਿੱਚੋਂ ਕਾਨੂੰਨ ਵਿਵਸਥਾ ਵੀ ਠੀਕ ਕਰ ਦਿਆਂਗਾ ਮੇਰੇ ਅੱਗੇ ਕੋਈ ਗੈਂਗਸਟਰ ਖੰਗ ਕੇ ਵੀ ਨਹੀਂ ਖਾ ਸਕੇਗਾ ਮੈਂ ਪੰਜਾਬ ਨੂੰ ਵਧੀਆ ਬਣਾ ਦਿਆਂਗਾ ਭਗਵੰਤ ਮਾਨ ਵਾਲੇ ਸਾਰੇ ਵਾਦੇ ਰਵਨੀਤ ਬਿੱਟੂ ਨੇ ਵੀ ਕਰ ਦਿੱਤੇ ਅਤੇ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਵੀ ਐਲਾਨ ਦਿੱਤਾ ਭਾਜਪਾ ਦੇ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਰਜੀਤ ਸਿੰਘ ਗਰੇਵਾਲ ਤੋਂ ਪੱਤਰਕਾਰਾਂ ਨੇ ਪੁੱਛਿਆ ਕੀ ਕਹਿਣਾ ਚਾਹੁੰਦੇ ਹੋ ਹਰਜੀਤ ਗਰੇਵਾਲ ਨੇ ਆਖਿਆ ਇਹ ਗੰਭੀਰਤਾ ਵਾਲਾ ਬਿਆਨ ਨਹੀਂ ਹੈ ਦੋ ਐਮਐਲਏ ਸਾਡੇ ਸਰਕਾਰ ਕਿਵੇਂ ਬਣੇਗੀ ਕੁਝ ਕਰਕੇ ਤਾਂ ਵਿਖਾਈਏ ਅਜੇ ਕੀਤਾ ਤਾਂ ਕੁਝ ਹੈ ਨਹੀਂ ਸਰਕਾਰ ਕਿਵੇਂ ਬਣੇਗੀ ਇਹ ਤਾਂ ਬਿਲਕੁਲ ਬਿਆਨ ਠੀਕ ਆ ਨਹੀਂ ਹੈ ਕਿਉਂਕਿ ਭਾਜਪਾ ਦੇ ਵਿੱਚ ਕੋਈ ਵੀ ਆਪਣੇ ਆਪ ਨੂੰ ਸੀਐਮ ਦਾ ਕੈਂਡੀਡੇਟ ਨਹੀਂ ਐਲਾਨ ਸਕਦਾ ਇਹ ਰਵਨੀਤ ਬਿੱਟੂ ਨੇ ਠੀਕ ਬਿਆਨ ਨਹੀਂ ਦਿੱਤਾ ਹੈ ਪੰਜਾਬ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਰਵਨੀਤ ਬਿੱਟੂ ਦੇ ਬਿਆਨ ਨੂੰ ਬਿਲਕੁਲ ਨਕਾਰ ਦਿੱਤਾ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਵੱਲੋਂ 6 ਨਵੰਬਰ ਨੂੰ ਇੱਕ ਵਿਸ਼ੇਸ਼ ਇਕੱਤਰਤਾ ਸੱਦ ਲਈ ਗਈ ਹੈ ਸਿੱਖ ਵਿਦਵਾਨਾਂ ਦੀ ਇਹ ਵਿਸ਼ੇਸ਼ ਇਕੱਤਰਤਾ ਜਥੇਦਾਰ ਦੇ ਵੱਲੋਂ ਸੱਦੀ ਗਈ ਹੈ ਜਿਸ ਦੇ ਵਿੱਚ ਸਿੱਖ ਬੁੱਧੀਜੀਵੀ ਸ਼ਾਮਲ ਹੋਣਗੇ ਵਿਦਵਾਨ ਅਤੇ ਕੁਝ ਚੋਣਵੇਂ ਸਿੱਖ ਪੱਤਰਕਾਰਾਂ ਨੂੰ ਵੀ ਸੱਦਾ ਭੇਜਿਆ ਗਿਆ ਹੈ ਚਰਚਾਵਾਂ ਇਹ ਨੇ ਕਿ ਐਸਾ ਵਿਸ਼ੇਸ਼ ਇਕੱਤਰਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੁੱਦੇ ਤੇ ਵਿਚਾਰ ਚਰਚਾ ਹੋ ਸਕਦੀ ਹੈ ਕਿਉਂਕਿ ਉਹਨਾਂ ਨੂੰ ਸਜ਼ਾ ਲਈ ਜਾਣੀ ਹੈ ਤਨਖਾਹ ਲਈ ਜਾਣੀ ਹੈ ਤਨਖਈਆ ਕਰਾਰ ਦਿੱਤਾ ਜਾ ਚੁੱਕਾ ਹੈ ਪਹਿਲਾਂ ਹੀ ਖਬਰਾਂ ਆਈਆਂ ਸਨ ਕਿ ਇਕਤਰਤਾ ਸੱਦੀ ਜਾ ਸਕਦੀ ਹੈ ਉਸ ਤੋਂ ਬਾਅਦ ਵਿਚਾਰ ਚਰਚਾ ਕਰਕੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਅਤੇ ਹੁਣ ਖਬਰ ਆ ਗਈ ਹੈ ਕਿ ਉਹ ਵਿਸ਼ੇਸ਼ ਇਕਤਰਤਾ 6 ਤਰੀਕ ਨੂੰ ਸੱਦ ਲਈ ਗਈ ਹੈ ਉਸ ਤੋਂ ਬਾਅਦ ਕਿਸੇ ਵੀ ਵੇਲੇ ਪੰਜ ਸਿੰਘ ਸਹਿਬਾਨ ਦੀ ਬੈਠਕ ਸੱਦ ਕੇ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਲਾਈ ਜਾ ਸਕਦੀ ਹੈ ਅਜਿਹੀਆਂ ਸੰਭਾਵਨਾਵਾਂ ਹੁਣ ਬਣਦੀਆਂ ਨਜ਼ਰ ਆ ਰਹੀਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਨਸ਼ਿਆਂ ਦੇ ਕਰਕੇ ਪੰਜਾਬ ਦੇ ਵਿੱਚ ਮੌਤਾਂ ਦਾ ਦੌਰ ਲਗਾਤਾਰ ਜਾਰੀ ਹੈ ਹੁਣ ਨਵੀਂ ਖਬਰ ਸਾਹਮਣੇ ਆ ਗਈ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਧਾਣਾ ਤੋਂ ਜਿੱਥੇ 22 ਸਾਲਾ ਕੁਲਦੀਪ ਸਿੰਘ ਨਾਮਕ ਨੌਜਵਾਨ ਦੀ ਮੌਤ ਨਸ਼ੇ ਦਾ ਟੀਕਾ ਲਾਉਣ ਦੇ ਕਰਕੇ ਹੋਈ ਦੱਸੀ ਜਾ ਰਹੀ ਹੈ ਮ੍ਰਿਤਕ ਦੇ ਪਿਤਾ ਗੁਰਜੰਟ ਸਿੰਘ ਦੇ ਬਿਆਨਾਂ ਤੇ ਇਸਾ ਮ੍ਰਿਤਕ ਨੌਜਵਾਨ ਦੇ ਦੋਸਤ ਦਵਿੰਦਰ ਸਿੰਘ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਏ ਪਿਤਾ ਨੇ ਆਖਿਆ ਕਿ ਇਹ ਦੋਸਤ ਦਵਿੰਦਰ ਸਿੰਘ ਉਸ ਨੂੰ ਆਪਣੇ ਨਾਲ ਲੈ ਗਿਆ ਸੀ ਉਸ ਨੇ ਟੀਕਾ ਲਾ ਦਿੱਤਾ ਤੇ ਮੇਰੇ ਪੁੱਤਰ ਦੀ ਮੌਤ ਹੋ ਗਈ ਹੈ ਪਰ ਨਸ਼ੇ ਦੇ ਕਰਕੇ ਜੋ ਮੌਤਾਂ ਹੋ ਰਹੀਆਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਨਵੰਬਰ ਮਹੀਨਾ ਗਰਮੀ ਦਾ ਅਹਿਸਾਸ ਪੱਖੇ ਚੱਲ ਰਹੇ ਨੇ ਮੌਸਮ ਵਿਭਾਗ ਨੇ ਜਾਣ ਕਰ ਦਿੱਤੀ ਹੈ ਕਿ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਪੈ ਰਹੀ ਇਸ ਗਰਮੀ ਨੇ 54 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਜਾਣ ਕਰ ਦਿੱਤੀ ਹੈ ਕਿ 1970 ਤੋਂ ਬਾਅਦ ਨਵੰਬਰ ਦੇ ਦਿਨਾਂ ਦੇ ਵਿੱਚ ਇੰਨਾ ਜ਼ਿਆਦਾ ਤਾਪਮਾਨ ਕਦੇ ਵੀ ਦਰਜ ਨਹੀਂ ਕੀਤਾ ਗਿਆ ਦਿਨ ਦਾ ਤਾਪਮਾਨ 2 ਡਿਗਰੀ ਦੇ ਕਰੀਬ ਵੱਧ ਚੱਲ ਰਿਹਾ ਹੈ ਅਤੇ ਰਾਤ ਦਾ 4 ਡਿਗਰੀ ਦੇ ਕਰੀਬ ਵੱਧ ਚੱਲ ਰਿਹਾ ਹੈ 30 ਤੋਂ 30 ਡਿਗਰੀ ਤੋਂ ਹੇਠਾਂ ਚਾਹੀਦਾ ਹੈ ਦਿਨ ਦਾ ਤਾਪਮਾਨ ਜੋ ਕਿ 32 33 ਡਿਗਰੀ ਚੱਲ ਰਿਹਾ ਹੈ ਅਤੇ 18 ਡਿਗਰੀ ਦੇ ਆਸ-ਪਾਸ ਚੱਲ ਰਿਹਾ ਹੈ ਰਾਤ ਦਾ ਤਾਪਮਾਨ ਜੋ ਕਿ 14 ਡਿਗਰੀ ਦੇ ਆਸ-ਪਾਸ ਚਾਹੀਦਾ ਹੈ 54 ਸਾਲਾਂ ਬਾਅਦ ਅਜਿਹਾ ਦਰਜ ਕੀਤਾ ਗਿਆ ਹੈ ਦਿਨ ਅਤੇ ਰਾਤ ਦਾ ਤਾਪਮਾਨ ਨਵੰਬਰ ਮਹੀਨੇ ਦੇ ਵਿੱਚ ਵੀ ਪੱਕੇ ਚੱਲ ਰਹੇ ਨੇ ਜਦਕਿ ਆਮ ਤੌਰ ਤੇ ਅਜਿਹਾ ਨਹੀਂ ਹੁੰਦਾ 9 10 ਤਰੀਕ ਤੱਕ ਮੀਂਹ ਦੀ ਵੀ ਕੋਈ ਸੰਭਾਵਨਾ ਪੰਜਾਬ ਸੂਬੇ ਦੇ ਵਿੱਚ ਨਹੀਂ ਹੈ ਜੋ ਇੱਕਦਮ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ ਉਹ ਮੀਂਹ ਦੇ ਕਰਕੇ ਹੀ ਹੋ ਸਕਦਾ ਹੈ ਨਹੀਂ ਤਾਂ ਫਿਰ 9 10 ਤਰੀਕ ਤੱਕ ਇਕਦਮ ਤਾਪਮਾਨ ਦੇ ਵਿੱਚ ਗ੍ਰਾਵਿਟ ਵੇਖਣ ਨੂੰ ਨਹੀਂ ਮਿਲੇਗੀ ਰਾਤ ਦਾ ਤਾਪਮਾਨ ਹੌਲੀ-ਹੌਲੀ ਘਟ ਰਿਹਾ ਹੈ ਪਰ ਦਿਨ ਦੇ ਤਾਪਮਾਨ ਦੇ ਵਿੱਚ ਉਸ ਤਰੀਕੇ ਦੀ ਗ੍ਰਾਵਿਟ ਵੇਖਣ ਨੂੰ ਨਹੀਂ ਮਿਲ ਰਹੀ ਹੈ ਜੋ ਦਿਸਣੀ ਚਾਹੀਦੀ ਹੈ ਇਹਨਾਂ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇਹ ਸਾਰੀ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਇਸ ਸਣ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਜ਼ਰੂਰ ਆਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ